ਸਤ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 6 ਮਈ ਨੂੰ ਜੂਨੀਅਨ ਦੀ ਮੀਟਿੰਗ ਸੀ ਪ੍ਰਸ਼ਾਸਨ ਦੇ ਨਾਲ ਔਰ ਸਰਕਾਰ ਨੇ ਜਾਣਬੁੱਝ ਕੇ ਮੀਟਿੰਗ ਕੈਨਸਲ ਕੀਤੀ ਹੈ ਕੋਰੋਨਾ ਦਾ ਬਹਾਨਾ ਲਗਾ ਕੇ ਤੇ ਇਹ ਮੀਟਿੰਗ ਬਾਰੇ ਕਿਹਾ ਜਾ ਰਿਹਾ ਹੈ ਕਿ ਮੁਲਤਵੀ ਹੋਈ ਹੈ ਲੇਕਿਨ ਮੁਲਤਵੀ ਦਾ ਮਤਲਬ ਤਾਂ ਹੁੰਦਾ ਹੈ ਕਿ ਖਾਂ ਤੁਹਾਨੂੰ ਅਗਲੀ ਡੇਟ ਦਿੱਤੀ ਗਈ ਹੈ ਠੀਕ ਹੈ ਲੇਕਿਨ ਇਹ ਮੀਟਿੰਗ ਰੱਦ ਹੋ ਚੁੱਕੀ ਹੈ ਸਾਥੀਓ ਨਾ ਹੀ ਸਾਨੂੰ ਕੋ ਅਗਲੀ ਡੇਟ ਦਿੱਤੀ ਗਈ ਹੈ ਤੇ ਨਾ ਹੀ ਸਾਨੂੰ ਹੁਣ ਸਰਕਾਰ ਵੱਲੋਂ ਕੋਈ ਉਮੀਦ ਹੈ ਠੀਕ ਹੈ ਸਾਥੀ ਤਾਂ ਅਸੀਂ ਵਿਰੋਧ ਤਾਂ ਕਰਾਂਗੇ ਹੀ ਠੀਕ ਹੈ ਸਾਥੀਓ ਲੇਕਿਨ ਅਸੀਂ ਸੰਗਰੂਰ ਪਟਿਆਲੇ ਤੋਂ ਬਹੁਤ ਦੂਰ ਦੇ ਨਿਵਾਸੀ ਹਾਂ ਠੀਕ ਹੈ ਤੇ ਅਸੀਂ ਪਹੁੰਚ ਤਾਂ ਨਹੀਂ ਸਕਦੇ ਲੇਕਿਨ ਯੋਗਦਾਨ ਦੇ ਸਕਦੇ ਹਾਂ ਕਿਉਂਕਿ ਹੁਣ ਐਕਸ਼ਨ ਦਾ ਟਾਈਮ ਹੈ ਸਰਕਾਰ ਦੀ ਕੋਈ ਮਨਸ਼ਾ ਨਹੀਂ ਹੈ ਰੋਜ਼ਗਾਰ ਦੇਣ ਦੀ ਜੋ ਵਾਅਦੇ ਕੀਤੇ ਗਏ ਸੀ ਉਹ ਝੂਠੇ ਸਿੱਧ ਹੋਏ ਨੇ ਜੀ ਘਰ ਘਰ ਰੋਜ਼ਗਾਰ ਦਿੱਤਾ ਜਾਵੇਗਾ ਇਦਾਂ ਦੇ ਵਾਅਦੇ ਤੇ ਇਹ ਦੇਖ ਲਓ ਖਬਰ ਜੀਤ ਅਖਬਾਰ ਦੇ ਵਿੱਚ ਛਪੀ ਸੀ ਤੁਸੀਂ ਵੀਡੀਓ ਪੋਜ਼ ਕਰਕੇ ਪੂਰੀ ਪੂਰੀ ਖਬਰ ਜਿਹੜੀ ਹੈ ਪੜ ਸਕਦੇ ਹੋ ਤੇ ਅੱਜ ਮੈਂ ਤੁਹਾਡੇ ਅੱਗੇ ਬੇਨਤੀ ਕਰਨਾ ਹੈ ਕਿ ਐਕਸ਼ਨ ਦਾ ਟਾਈਮ ਹੈ ਤੇ ਜਿੰਨੇ ਵੀ ਤੁਹਾਡੇ ਆਂਗਵਾਣ ਚ ਲੋਕ ਨੇ ਜਿੱਥੇ ਤੁਸੀਂ ਨਿਵਾਸ ਕਰਦੇ ਹੋ ਪਿੰਡ ਵਾਸੀ ਤੁਹਾਡੇ ਉਹਨਾਂ ਅੱਗੇ ਇਸ ਗੱਲ ਨੂੰ ਰੱਖੋ ਰੋਜ਼ਗਾਰ ਦੀ ਗੱਲ ਨੂੰ ਰੱਖੋ ਕਿ ਸਰਕਾਰ ਕਿਦਾਂ ੱਤਕਾ ਕਰ ਰਹੀ ਹੈ ਬੇਰੋਜ਼ਗਾਰ ਟੈਟਪਾਸ ਅਧਿਆਪਕਾਂ ਦੇ ਨਾਲ ਤੇ ਇਹ ਅੱਗੇ ਵੀ ਇਦਾਂ ਹੀ ਕਰਦੀ ਆਉਗੀ ਅਗਰ ਇਹ ਸਰਕਾਰ ਮੁੜ ਪਾਵਰ ਦੇ ਵਿੱਚ ਆਈ ਤੇ ਬੇਰੋਜ਼ਗਾਰ ਲੋਕਾਂ ਦੇ ਨਾਲ ਬਹੁਤ ਵੱਡਾ ਤੱਕਾ ਹੋ ਜਾਵੇਗਾ ਜੀ ਠੀਕ ਹੈ ਤੇ ਰੋਜ਼ਗਾਰ ਦੇ ਸੰਬੰਧ ਵਿੱਚ ਸचेत ਕਰੋ ਲੋਕਾਂ ਨੂੰ ਵੱਧ ਤੋਂ ਵੱਧ ਕਿਉਂਕਿ ਉਹਨੇ ਐਕਸ਼ਨ ਦਾ ਟਾਈਮ ਹੈ ਤੇ ਅਸੀਂ ਵੀ ਪੂਰਾ ਪੂਰਾ ਜ਼ੋਰ ਲਾਵਾਂਗੇ ਕਿ ਇਹ ਸਰਕਾਰ ਵਾਪਸ ਪਾਵਰ ਦੇ ਵਿੱਚ ਨਾ ਆਵੇ ਠੀਕ ਹੈ ਸਾਥੀਓ ਵਿਰੋਧ ਕਰੋ ਜਿੰਨਾ ਕਰ ਹੁੰਦਾ ਆ ਔਰ ਲੋਕਾਂ ਨੂੰ ਵੀ ਜਾਗਰੂਕ ਕਰੋ ਓਕੇ ਸਾਥੀਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ